ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕਿੱਦਾਂ ਠੀਕ ਹੋ ਜੀ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਮੈਂ ਟ੍ਰੇਲਰ ਡਰੌਪ ਕਰਨਾ ਹੈਗਾ ਨਿਊਯਾਰਕ, ਅਤੇ ਉਹ ਆਪਾਂ ਹੁਣ ਕਰਤਾ ਆ। ਮੈਂ ਅਗਲਾ ਲੋਡ ਚੱਕਣ ਦੇ ਲਈ ਹੁਣ ਜਾਣਾ ਆ, ਅਤੇ ਆਪਾਂ ਤੁਹਾਨੂੰ ਜਾ ਕੇ ਮਿਲਦੇ ਹਾਂ ਜੀ ਫੈਕਟਰੀ ਦੇ ਵਿੱਚ ਜੀ। ਅਤੇ ਫੈਕਟਰੀ ਦੇ ਵਿੱਚ ਜਾ ਕੇ ਕਿੱਦਾਂ ਚੈੱਕ ਇਨ ਕਰਵਾਉਂਦੇ ਹਾਂ ਆਪਾਂ, ਕਿੱਦਾਂ ਬੈਗ ਲਾਈਦਾ, ਟਰੱਕ ਕੀ ਕੁਝ ਹੁੰਦਾ, ਤਾਂ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ। ਆਓ ਜੀ ਆਪਾਂ ਮਿਲਦੇ ਹਾਂ ਫੈਕਟਰੀ ਦੇ ਵਿੱਚ ਜਾ ਕੇ। ਸਾਹਮਣੇ ਫੈਕਟਰੀ ਆ ਗਿਆ, ਰਸਤਾ ਸਿੱਧਾ ਫੈਕਟਰੀ ਦੇ ਵਿੱਚ ਜਾ ਕੇ ਖਤਮ ਹੋਣਾ ਜੀ। ਆਹ ਫੈਕਟਰੀ ਆ ਜੀ, ਆਹ ਸਾਹਮਣੇ ਟਰੱਕ ਖੜਾ ਜੀ। ਆਪਾਂ ਪਹੁੰਚ ਚੁੱਕੇ ਹਾਂ ਲੋਡ ਪਿਕਅਪ ਕਰਨ ਦੇ ਲਈ। ਬੜਾ ਟਰੱਕ ਅਤੇ ਆਪਾਂ ਹੁਣ ਦੇਖਦੇ ਹਾਂ ਚੈੱਕ ਇਨ ਰੂਮ ਕਿੱਧਰ ਆ, ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਜੀ। ਆਪਾਂ ਇੱਥੇ ਪਾਰਕਿੰਗ ਕਰ ਦੇਣਾ ਟਰੱਕ। ਚੈਕਨ ਆਪਣੀ ਹੋ ਗਈ ਆ, ਪਿੱਛੇ ਮੈਂ ਉਹ ਕਰਵਾ ਕੇ ਆਇਆ ਉਹਦਾ ਡੋਰ ਆ, ਅਤੇ ਆਪਾਂ ਹੁਣ ਲੱਗੇ ਹਾਂ ਟ੍ਰੇਲਰ ਸਾਹਮਣੇ, ਇੱਧਰ ਡੋਰ ਆ, ਆਹ ਵੀ ਟਰੱਕ ਲੱਗਿਆ ਹੋਇਆ ਮੇਰੇ ਨਾਲ ਹੀ ਆਇਆ, ਅਤੇ ਆਪਾਂ ਉੱਥੇ ਹੁਣ ਡੋਰ ਨੰਬਰ 7 'ਤੇ ਆਪਾਂ ਟਰੱਕ ਬੈਕ ਲਾ ਦੇਣਾ ਆ, ਅਤੇ ਫਿਰ ਦੇਖਦੇ ਹਾਂ ਕਿੰਨਾ ਕੁ ਟਾਈਮ ਲਾਉਂਦੇ ਆ ਇਹ ਲੋਡ ਕਰਨ ਨੂੰ, ਵੇਟ ਕਰਾਂਗੇ। ਆਓ ਜੀ ਆਪਾਂ ਹੁਣ ਟਰੱਕ ਬੈਕ ਲਾਈਏ। ਪਿਕਅਪ ਕਰਕੇ ਅਤੇ ਆਪਾਂ ਲੋਕ ਦੇ ਵੀ ਲੋਕ ਬੁੱਕ ਦੇ 10 ਮਿੰਟ ਪਾਏ ਆ, ਅਤੇ ਆਪਾਂ ਲੱਗੇ ਹਾਂ ਜੀ ਚਾਹ ਬਣਾਉਣ। ਆਪਣਾ ਚੁੱਲ੍ਹਾ ਰੈਡੀ ਆ, ਚਾਹ ਪੀ ਕੇ ਆਪਾਂ ਫਿਰ ਆਪਾਂ ਤੁਰਾਂਗੇ ਜੀ। ਮੈਂ ਚਾਹ ਇੱਕ ਟਾਈਮ ਹੀ ਪੀਂਦਾ ਹੁੰਦਾ ਜੀ, ਮੈਂ ਹੁਣ ਸਵੇਰ ਵਾਲੀ ਚਾਹ ਹੁਣ ਪੀਣ ਲੱਗਿਆ ਜੀ। ਮੈਂ ਹੁਣ ਟਾਈਮ ਹੋ ਗਿਆ 3 ਵੱਜਣ ਵਾਲੇ ਆ, 3 ਵੱਜਣ 'ਚ ਰਹਿੰਦੇ ਆ, 10-15 ਮਿੰਟ ਰਹਿੰਦੇ ਆ, ਅਤੇ ਮੈਂ ਸਵੇਰ ਵਾਲੀ ਚਾਹ ਹੁਣ ਪੀਣ ਲੱਗਿਆ। ਸਵੇਰ ਦੇ ਬਸ ਇੱਦਾਂ ਹੀ ਟ੍ਰੇਲਰ ਡਰੌਪ ਕਰਤਾ, ਫਿਰ ਉਹ ਟ੍ਰੇਲਰ ਲੈ ਕੇ ਆਇਆ, ਪਿਕਅਪ ਕੀਤਾ ਆ। ਹੁਣ ਆਪਾਂ ਕੰਮ ਨਿਬੇੜ ਕੇ ਲੋਕ ਬੁੱਕ ਦੇ 10 ਮਿੰਟ ਪਾ ਕੇ ਹੁਣ ਆਪਾਂ 10 ਮਿੰਟ 'ਚ ਆਪਣੀ ਚਾਹ ਬਣ ਜਾਣੀ ਆ, ਅਤੇ ਚਾਹ ਪੀ ਕੇ ਆਪਾਂ ਫਿਰ ਚੱਲਾਂਗੇ। ਫਿਰ ਜਾ ਕੇ ਆਪਾਂ ਟੁਮਾਰੋ ਹਾਈਓ ਦੇ ਵਿੱਚ ਚਾਹ ਪੀਵਾਂਗੇ ਜਾ ਕੇ ਜੀ, ਅਤੇ ਆਪ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਕਿੱਦਾਂ ਕਿੱਦਾਂ ਚਾਹ ਬਣਾਉਂਦੇ ਹਾਂ ਆਪਾਂ ਟਰੱਕ ਦੇ ਵਿੱਚ, ਕਿੱਦਾਂ ਆਪਾਂ ਖਾਣਾ ਗਰਮ ਕਰੀਦਾ ਆ, ਅਤੇ ਆਪਾਂ ਤੁਹਾਨੂੰ ਨਾਲ ਦੇ ਨਾਲ ਜ਼ਰੂਰ ਦਿਖਾਉਂਦੇ ਰਹਾਂਗੇ ਜੀ।
ਲਓ ਜੀ ਆਪਾਂ ਐਂਟਰ ਹੋ ਗਏ ਹਾਂ TA ਦੇ ਅੰਦਰ, ਕੌਫੀ ਲੈਣ ਆਏ ਸੀਗੇ ਅਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿੰਨਾ ਕਾਫੀ ਪਾਉਂਦੇ ਹਾਂ ਜੀ ਇੱਥੇ ਕੌਫੀ। ਵੇਖੋ ਜੀ ਅੱਗੇ ਵੀ ਹੈਗਾ ਕਾਊਂਟਰ, ਉੱਥੋਂ ਤੇਲ ਪਾਉਂਦੇ ਆ ਸਾਰੇ ਆਲੇ, ਅਤੇ ਫਿਰ ਇੱਥੇ ਪਿੱਛੇ ਆਪਾਂ ਖਾਣ ਪੀਣ ਲਈ ਜੋ ਵੀ ਤੁਸੀਂ ਖਾਣਾ ਪੀਣਾ ਆ ਜਾਂ ਖਰੀਦਣਾ ਆ ਅਤੇ ਉਹ ਤੁਸੀਂ ਲੈ ਸਕਦੇ ਆ। ਆਹ ਵੇਖੋ ਜੀ ਇੱਧਰ TV ਰੂਮ, ਇੱਥੇ ਆਹ ਪੁਰਾਣਾ ਕੈਮਰਾ ਵੀ ਲੱਗਿਆ ਹੋਇਆ, ਆਹ ਇਹਨਾਂ ਲਾਇਆ ਹੋਇਆ, ਅਤੇ ਆਹ ਤੁਸੀਂ ਬੈਠ ਕੇ ਇੱਥੇ ਖਬਰਾਂ ਜਾਂ ਹੋਰ ਕਹੇ ਜਾਂ ਵੈਦਰ ਦੀ ਜਾਣਕਾਰੀ ਸਾਰਾ ਕੁਝ ਇੱਥੇ ਕੁਰਸੀਆਂ ਲਾਈਆਂ ਹੋਈਆਂ ਜੀ। ਵੇਖੋ ਆਹ ਸਾਰਾ ਕੁਛ ਚੱਲਦਾ ਜੀ TV 'ਤੇ, ਇੱਥੇ ਡਰਾਈਵਰ ਜਿਹੜੇ ਵੀ ਆਉਂਦੇ ਆ ਬ੍ਰੇਕ ਲੈਂਦੇ ਆ ਜਾਂ ਜਦੋਂ ਵੀ ਟਾਈਮ ਲੱਗਦਾ ਟਰੱਕ ਲਾ ਕੇ ਪਾਰਕਿੰਗ ਦੇ ਵਿੱਚ ਇੱਥੇ ਆ ਕੇ ਬੈਠ ਜਾਂਦੇ ਆ, ਅਤੇ ਇੱਥੋਂ ਆ TV 'ਤੇ ਸਾਰਾ ਕੁਝ ਚੱਲਦਾ ਰਹਿੰਦਾ ਜੀ। ਆਪਾਂ ਤੁਹਾਨੂੰ ਅੱਗੇ ਚੱਲਦੇ ਆ, ਆਹ ਇੱਥੇ ਸਾਰਾ ਕੁਝ ਲੱਗੇ ਹੋਏ ਕੱਪੜੇ ਪੈਂਟਾਂ ਸ਼ਰਟਾਂ ਜੀ ਟੋਪੀਆਂ ਸਾਰਾ ਕੁਛ ਹੈ ਜੀ ਇੱਥੇ, ਆਹਦੇ ਗਲਵਸ। ਦੂਜੀ ਸਾਈਡ ਆਪਾਂ ਕੌਫੀ ਲੈਣ ਜਾਣਾ ਆ, ਸਾਰਾ ਸਮਾਨ ਪਿਆ ਹੁੰਦਾ ਜੀ ਆਪਣਾ GPS ਜਾਂ ਰੇਡੀਓ ਤੁਸੀਂ ਖਰੀਦਣਾ, ਪ੍ਰੋਫੈਸ਼ਨਲ ਡਰਾਈਵਰ ਓਟੀ ਚੈਨਲ ਕੈਬ ਰੇਡੀਓ, ਹਾਂਜੀ ਸਾਰਾ ਕੁਝ ਇੱਧਰ ਪਿਆ, ਲੋਕ ਬੁੱਕ ਵਾਲਾ ਸਾਰਾ ਸਮਾਨ ਇੱਧਰ ਸਾਰਾ ਹੁੰਦਾ ਹੈ, ਇੱਧਰ GPS ਜੋ ਵੀ ਆ ਤੁਸੀਂ ਸਾਰਾ ਕੁਝ ਖਰੀਦ ਸਕਦੇ ਜੀ। ਇੱਧਰ ਹੈਗਾ ਸਟੀਅਰਿੰਗ ਪਏ ਆ ਕਵਰ ਸਟੀਅਰਿੰਗ ਦੇ, ਸਾਰਾ ਸਮਾਨ ਇੱਧਰ ਤੁਸੀਂ ਲੈ ਸਕਦੇ ਹੋ। ਇੱਧਰ ਆ ਰਿਹਾ ਪੈਨ ਕਾਪੀਆਂ ਲੋਕ ਬੁੱਕ ਜੋ ਵੀ ਹੈ ਸਾਰਾ ਇੱਧਰ ਪਿਆ,
ਲਓ ਜੀ ਆਪਣਾ ਹੋ ਗਿਆ ਲੋਡ ਡਨ ਪੇਪਰ ਵਰਕ ਆਪਣਾ ਮਿਲ ਗਿਆ ਸੀਲ ਤੇ ਆਪਾਂ ਹੁਣ ਚੱਲੇ ਹਾਂ ਹਾਇਓ ਨੂੰ ਤੇ ਆਪਾਂ ਤੁਹਾਨੂੰ ਹਾਇਓ ਚੱਲ ਕੇ ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ ਸਤਿ ਸ਼੍ਰੀ ਅਕਾਲ ਔਰ ਸਾਰਿਆਂ ਨੂੰ ਤੁਹਾਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਓਕੇ ਬਾਏ ਮਿਲਦਾ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਬਾਏ